ਪੰਜਾਬ ਦੇ ਵਿੱਚ ਨਹੀਂ ਰੁਕ ਰਿਹਾ ਚੋਰੀਆਂ ਤੇ ਲੁੱਟਾਂ ਖੋਹਾਂ ਦਾ سلسلہ ਸਕੂਟੀ ਦੇ ਉੱਪਰ ਬੈਠ ਕੇ ਆਪਣੀ ਚਾਬੀਆਂ ਕੋਈ ਸੀਗੀ ਉਹਨਾਂ ਨੇ ਪਹਿਲਾਂ ਆਪਣਾ ਖੋਲਣ ਦੀ ਕੋਸ਼ਿਸ਼ ਕੀਤੀ ਉਹ ਨਹੀਂ ਖੁੱਲੀ ਨਾਲ ਠੜੀ ਇੱਕ ਦੂਸਰੀ ਸਕੂਟੀ ਵੀ ਖੜੀ ਸੀਗੀ ਉਹ ਨਾਲ ਫਿਰ ਉੱਤੇ ਆਪਣਾ ਬੈਠੇ ਵਿਦਨ 30 ਸੈਕਿੰਡਸ ਦੇ ਵਿੱਚ ਉਹਨਾਂ ਨੇ ਆਪਣਾ ਖੋਲ ਕੇ ਤੇ ਆਪਣਾ ਚਾਲ ਦੇ ਦੋਨੇ ਫਿਰ ਘਰ ਦੇ ਬਾਹਰ ਖੜੀਆਂ ਗੱਡੀਆਂ ਦੀ ਚੋਰੀ ਕਰਨ ਦੀ ਵਾਰਦਾਤ ਸਿਸਟਵੀ ਕੈਮਰੇਜ ਹੋਈ ਕੈਦ ਅੱਜ ਮਹੀਨਾ ਡੇਢ ਮਹੀਨਾ ਪਹਿਲਾਂ ਸਫਾਰੀ ਗੱਡੀ ਚੋਰੀ ਹੋ ਗਈ ਹੈ ਕੱਲ ਸਾਡੀ ਕਲੋਨੀ ਚ ਐਕਟਿਵਾ ਸਕੂਟਰ ਚੋਰੀ ਹੋ ਗਿਆ ਕੱਲ ਸਵੇਰੇ ਕੱਲ ਸ਼ਾਮੀ 5:30 ਵਜੇ ਤੋਂ 6:00 ਵਜੇ ਦੇ ਵਿੱਚ ਵਿੱਚ ਸਕੂਟਰ ਚੋਰੀ ਹੋ ਚੁੱਕਾ ਆ ਪੁਲਿਸ ਦੀ ਟੀਲੀ ਕਾਰਜ ਸ਼ੈਲੀ ਤੇ ਹਰ ਕੋਈ ਚੁੱਕ ਰਿਹਾ ਸਵਾਲ ਆਪਣੇ ਪੱਲੇ ਉਹ ਪੂਰੀ ਸੁਸਾਇਟੀ ਵਲੋਂ ਕੋਸ਼ਿਸ਼ ਕੀਤੀ ਗੇਟ ਲਵਾਉਣ ਦੀ ਵੀ ਚਲੋ ਇੰਪਰੋਵਾਈਜ਼ਰ ਨੂੰ ਹੋ ਸਕਦਾ ਪੈਸਾ ਨਾ ਹੋਵੇ ਬਟ ਅਸੀਂ ਆਪ ਆਪਣਾ ਪੈਸਾ ਇਕੱਠਾ ਕਰਕੇ ਗੇਟ ਲਾਉਣ ਦੀ ਕੋਸ਼ਿਸ਼ ਕੀਤੀ ਸਾਨੂੰ ਰੋਕਿਆ ਗਿਆ ਪਹਿਲਾਂ ਵੀ ਧਿਆਨ ਵਿੱਚ ਲਿਆਉਂਦਾ ਸੀ ਲੋਕਲ ਐਮਸੀ ਮੈਡਮ ਵੱਲੋਂ ਅਸੀਂ ਸੰਦੇਹ ਕੋਲੋਂ ਗੇਟ ਦੇ ਮਾਮਲੇ ਕੀਤੇ ਗਏ ਸੀ ਤੁਰੰਤ ਵਾਸੀ ਦੱਸ ਦਿੱਤਾ ਕਿ ਇੱਥੇ ਪ੍ਰਵਿਧਨ ਹੈ ਨਹੀਂ ਗੇਟ ਲੌਨ ਦੇ ਰੂਲ ਅਨੁਸਾਰ ਕੋਈ ਵੀ ਵਿਵਸਥਾ ਨਹੀਂ ਹੈ ਵਿੱਚ ਪੰਜਾਬੀਆਂ ਦੀ ਜਾਨ ਮਾਲ ਦੀ ਸੁਰੱਖਿਆ ਹੁਣ ਰੱਬ ਦੇ ਹੱਥ ਹੈ ਕਿਉਂਕਿ ਪੰਜਾਬ ਦੇ ਵਿੱਚ ਦਿਨੋ-ਦਿਨ ਅਮਨ ਕਾਨੂੰਨ ਦੀ ਵਿਵਸਥਾ ਜੋ ਵਿਗੜਦੇ ਜਾ ਰਹੀ ਹੈ ਇਹ ਇੱਕ ਗੰਭੀਰ ਮੁੱਦਾ ਬਣ ਚੁੱਕੀ ਹੈ ਸ਼ਰਾਰਤੀ ਅਨਸਰ ਬੇਖੌਫ ਹੋ ਕੇ ਸੂਬੇ ਦੇ ਵਿੱਚ ਲੁੱਟਖੋਹਾਂ ਕਤਲ ਅਤੇ ਦਕੈਤੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਤੇ ਉੱਥੇ ਦੂਜੇ ਪਾਸੇ ਪੰਜਾਬ ਪੁਲਿਸ ਦੇ ਢਿੱਲੇ ਕਾਰਜਸ਼ੈਲੀ ਨੂੰ ਲੈ ਕੇ ਹਰ ਇੱਕ ਵਿਅਕਤੀ ਸੂਬੇ ਦੀ ਅਮਨ ਕਾਨੂੰਨ ਵਿਵਸਥਾ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਰਿਹਾ ਤੇ ਹਰ ਰੋਜ਼ ਲੁੱਟਾਂ ਖੋਹਾਂ ਅਤੇ ਚੋਰੀਆਂ ਦੇ ਮਾਮਲੇ ਵਧਦੇ ਹੀ ਜਾ ਰਹੇ ਨੇ ਤਾਜ਼ਾ ਮਾਮਲਾ ਕਪੂਰਥਲਾ ਦੇ ਇੰਪਰੂਵਮੈਂਟ ਟਰਸਟ ਗਾਂਧੀ ਇਨਕਲੇਵ ਕਲੋਨੀ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਕਲੋਨੀ ਦੇ ਵਿੱਚ ਲੱਗੇ ਸਿਸਟਮਿਕ ਕੈਮਰੇ ਦੇ ਵਿੱਚ ਚੋਰੀ ਦੀ ਘਟਨਾ ਕੈਦ ਹੋਈ ਹੈ ਦੱਸਦੇ ਕਿ ਗਾਂਧੀ ਇਨਕਲੇਵ ਕਲੋਨੀ ਕਪੂਰਥਲਾ ਦੇ ਘਰਾਂ ਦੇ ਵਿੱਚ ਚੋਰੀ ਘਰ ਦੇ ਬਾਹਰ ਖੜੀਆਂ ਗੱਡੀਆਂ ਦੀ ਚੋਰੀ ਅਤੇ ਇਸ ਤੋਂ ਇਲਾਵਾ ਹੋਰ ਵੀ ਕਈ ਚੋਰੀ ਦੇ ਦਰਜਨਾ ਮਾਮਲੇ ਸਾਹਮਣੇ ਆਏ ਨੇ ਚੋਰ ਗਿਰੋ ਸ਼ਰਿਆਮ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਿਸਟਮਿਕ ਕੈਮਰੇ ਦੇ ਵਿੱਚ ਕੈਦ ਹੋਏ ਨੇ ਸੋ ਚੋਰੀ ਦੇ ਕਈ ਮਾਮਲੇ ਦੀਆਂ ਸ਼ਿਕਾਇਤਾਂ ਜ਼ਿਲ੍ਹਾ ਕਪੂਰਥਲਾ ਪੁਲਿਸ ਮੁਖੀ ਦੇ ਨਾਲ-ਨਾਲ ਕਪੂਰਥਲਾ ਡਿਪਟੀ ਕਮਿਸ਼ਨਰ ਨੂੰ ਵੀ ਦੇ ਦਿੱਤੀ ਹੈ ਲੇਕਿਨ ਨਤੀਜਾ ਇਸ ਦੇ ਉਲਟ ਸਾਹਮਣੇ ਆਇਆ ਤੇ ਚੋਰੀ ਦੀਆਂ ਵਾਰਦਾਤਾਂ ਦੇ ਵਿੱਚ ਕੋਈ ਵੀ ਥੱਲ ਨਹੀਂ ਪਈ ਅਤੇ ਦਿਨੋ-ਦਿਨ ਇਹ ਵਾਰਦਾਤਾਂ ਵਧਦੀਆਂ ਜਾ ਰਹੀਆਂ ਨੇ ਉਦਰੇ ਦੂਜੇ ਪਾਸੇ ਕਲੋਨੀ ਵਾਸੀਆਂ ਅਤੇ ਐਡਵੋਕੇਟ ਅਨਕੰਸ਼ਾ ਸ਼ਰਮਾ ਨੇ ਕੀ ਕੁਝ ਕਿਹਾ ਆਓ ਸੁਣਦੇ ਹਾਂ ਮੇਰਾ ਨਾਮ ਐਡਵੋਕੇਟ ਅਕਾਂਸ਼ਾ ਸ਼ਰਮਾ ਅੰਜ ਮੈਡਮ ਜੇ ਕਿ ਤੁਹਾਡੇ ਜਿਹੜੇ ਐਕਟਵਾ ਚੋਰੀ ਹੋਈ ਸੀ ਤਾਂ ਇਹ ਵਾਰਦਾਤ ਕਿੱਦਾਂ ਹੋਈ? ਅਮ ਇਦਾਂ ਸੀਗਾ ਸ਼ਾਮ ਦਾ ਟਾਈਮ ਸੀਗਾ ਤੇ ਆਪਣਾ ਸਾਡੀ ਐਕਟਵਾ ਬਾਹਰ ਖੜੀ ਸੀ ਸਾਡੀ ਦੋ ਐਕਟਵਾ ਬਾਹਰ ਖੜੀ ਹੋਈ ਸੀਗੀਆਂ ਤੇ ਆਪਣਾ ਪੌਨਿਕ ਪੰਜ ਦੇ ਕਰੀਬ ਆਏ ਦੋ ਮੁੰਡੇ ਆਏ ਕਾਫੀ ਛੋਟੀ ਉਮਰ ਦੇ ਸੀਗੇ ਮੁੰਡੇ ਤੇ ਆਪਣਾ ਉਹਨਾਂ ਨੇ ਆਪਣੀ ਸਕੂਟੀ ਵੇਲੇ ਸਾਡੇ ਧਿਆਨ ਦਿੱਤਾ ਉਹਨਾਂ ਨੇ ਕਿ ਹਾਂ ਵੀ ਦੋ ਸਕੂਟੀਆਂ ਖੜੀਆਂ ਹੈਗੀਆਂ ਤੇ ਉਹ ਫਿਰ ਆਏ ਤੇ ਉਹਨਾਂ ਨੇ ਪਹਿਲਾਂ ਇੱਕ ਸਾਡੀ ਸਕੂਟੀ ਦੇ ਉੱਪਰ ਬੈਠ ਕੇ ਆਪਣੀ ਚਾਬੀ ਵਰ ਕੋਈ ਸੀਗੀ ਉਹਨਾਂ ਨੇ ਪਹਿਲਾਂ ਆਪਣਾ ਖੋਲਣ ਦੀ ਕੋਸ਼ਿਸ਼ ਕੀਤੀ ਉਹ ਨਹੀਂ ਖੁੱਲੀ ਨਾਲ ਸਾਡੀ ਇੱਕ ਦੂਸਰੀ ਸਕੂਟੀ ਵੀ ਖੜੀ ਸੀਗੀ ਉਹ ਨਾਲ ਫਿਰ ਉੱਤੇ ਆਪਣਾ ਬੈਠੇ ਵਿਦਨ 30 ਸੈਕਿੰਡਸ ਦੇ ਵਿੱਚ ਉਹਨਾਂ ਨੇ ਆਪਣਾ ਖੋਲ ਕੇ ਤੇ ਆਪਣਾ ਚੱਲਦੇ ਬਣੇ ਫਿਰ ਮੈਡਮ ਜੀ ਆਪਾਂ ਗੱਲ ਕਰੀ ਤੇ ਪੁਲਿਸ ਵੱਲੋਂ ਕੀ ਕੰਮ ਕੀਤਾ ਕੀ ਕੀਤਾ ਤੁਸੀਂ ਕੰਪਲੇਟ ਕੀਤੀ ਹਾਂਜੀ ਅਸੀਂ ਨਾਲ ਹੀ ਉਸ ਤੋਂ ਬਾਅਦ ਸਾਨੂੰ ਆਪਣਾ ਥੋੜਾ ਟਾਈਮ ਤਾਂ ਸਾਨੂੰ ਪਤਾ ਲੱਗ ਗਿਆ ਸਾਡੀ ਸਕੂਟੀ ਚੱਕੀ ਗਈ ਆ ਤੇ ਇਸੇ ਨਾਲ ਹੀ ਫਿਰ ਆਪਣਾ ਸਿੱਟੀ ਥਾਣੇ ਆਪਣਾ ਰਿਪੋਰਟ ਲਿਖਾ ਕੇ ਆਏ ਆ ਉਹਨਾਂ ਨੇ ਸਾਡੀ ਐਪਲੀਕੇਸ਼ਨ ਲਿਖ ਲਈ ਆ ਬਟ ਹੁਣ ਤੱਕ ਉਹਨਾਂ ਦਾ ਕੋਈ ਜਵਾਬ ਨਹੀਂ ਆਇਆ ਕਿ ਹਾਂ ਵੀ ਸਾਡੀ ਲੱਭੀ ਹੈ ਨਹੀਂ ਲੱਭੀ ਹੈਗੀ ਤੇ ਪਤਾ ਨਹੀਂ ਹਜੇ ਤੱਕ ਤਾਂ ਕੁਝ ਨਹੀਂ ਉਹਨਾਂ ਨੇ ਕਾਰਵਾਈ ਕੀਤੀ ਲੱਭੀ ਨਹੀਂ ਕੀ ਕਰਦੇ ਪਏ ਸਨ ਤਾਂ ਖੁਦ ਨਹੀਂ ਕੁਝ ਪਤਾ। ਜਿਵੇਂ ਐਜ਼ ਅ ਐਡਵੋਕੇਟ ਤੁਸੀਂ ਸੁਰੱਖਿਆ ਪ੍ਰਬੰਧਨ ਨੂੰ ਲੈ ਕੇ ਕਲੌਨੀ ਤੇ ਪੁਲਿਸ ਪ੍ਰਸ਼ਾਸਨ ਦੇ ਕਾਰੇ ਪ੍ਰਣਾਲੀ ਨੂੰ ਕਿੱਦਾਂ ਦੇਖੋ? ਬਹੁਤ ਬੁਰੀ ਹਾਲਤ ਹੈ। ਸਾਡੀ ਸੁਸਾਇਟੀ ਦੇ ਵਿੱਚ ਕਿੰਨੀਆਂ ਜੋਰੀ ਹੋ ਚੁੱਕੀਆਂ ਹਨ। ਹਜੇ ਤੱਕ ਕੋਈ ਨਤੀਜਾ ਨਹੀਂ ਆਇਆ ਹੈਗਾ। ਘਟੋ ਘਟ ਸਾਨੂੰ 3 ਸਾਲ ਹੋ ਗਏ ਸੁਸਾਇਟੀ 'ਚ ਆਏ ਹਾਂ ਤੇ ਕੁਝ ਹੀ ਮਹੀਨਿਆਂ ਦੇ ਵਿੱਚ ਪਹਿਲਾ ਕਾਫੀ ਕਿਸਦੇ ਘਰ ਦੇ ਅੰਦਰ ਵੜ ਕੇ ਉਹਨਾਂ ਸਾਰਾ ਕੁਝ ਸਮਾਨ ਸਮੂ ਲੈ ਗਏ ਸੀਗੇ ਤੇ ਹੁਣ ਇਹ ਇੱਥੇ ਟਿਊਸ਼ਨ ਪੜਾਉਂਦੇ ਆ ਸ਼ਰਿਆਮ ਦਿਨ ਦਿਹਾੜੇ ਮੁੰਡੇ ਆਂਦੇ ਆ ਸਕੂਟੀ ਤੇ ਆਂਦੇ ਆ ਆਪਣਾ ਸ਼ਰਿਆਮ ਸਾਈਕਲ ਚੱਕ ਕੇ ਆਪਣੇ ਸੈਂਟਰ ਦੇ ਵਿੱਚ ਰੱਖ ਕੇ ਚਲੇ ਜਾਂਦੇ ਆ ਕਟੋ ਘਟ 4-5 ਸਾਈਕਲ ਐਦਾ ਚੋਰੀ ਹੋ ਚੁਕੀਆਂ ਤੇ ਇੱਕ ਸਾਡੀ ਇੱਕ ਕਾਫੀ ਵੱਡੀ ਗੱਡੀ ਸੀਗੀ ਉਹ ਆਰਾਮ ਨਾਲ ਆਪਣਾ ਖੋਲ ਖੁਲ ਕੇ ਉਹ ਜਾ ਚੁੱਕੇ ਆ ਉਹਦਾ ਵੀ ਕੋਈ ਨਹੀਂ ਅਤਾ ਪਤਾ ਹੈਗਾ ਹੁਣ ਸਾਡੀ ਸਕੂਟੀ ਤੇ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਹੋਈ ਐ ਕੁਝ ਨਹੀਂ ਪਤਾ ਲੱਗਾ ਹੁਣ ਤਾਂ ਕਿਹੜੀ ਚੀਜ਼ ਕਿੱਥੇ ਗਈ ਆ ਕਿ ਮਨ ਕੋਈ ਇਸ ਸੰਬੰਧੀ ਕੋਈ ਆਪਣੀ ਕੰਪਲੇਂਟ ਕੋਈ ਜਾਂ ਕੋਈ ਹੋਰ ਕੰਪਲੇਂਟ ਸਭ ਨੇ ਪਾਈ ਹੈਗੀ ਆ ਤੇ ਹੁਣ ਵੀ ਜਿੱਦ ਸਾਡੇ ਐਮ ਸੀਸ ਮੈਨੂੰ ਦੱਸਿਆ ਹੈਗਾ ਕਿ ਡੀ ਸੀ ਆਫਿਸ ਗਏ ਸੀਗੇ ਤੇ ਉਹਨਾਂ ਨੂੰ ਕਿਹਾ ਹੈਗਾ ਉਹਨਾਂ ਨੇ ਸਪੈਸ਼ਲੀ ਕਿਹਾ ਸੀਗਾ ਕਿ ਹਾਂ ਵੀ ਅਸੀਂ ਇੱਥੇ ਪੀ ਸੀ ਆਰ ਦੀ ਸਾਰੀ ਆਪਣਾ ਸੁਰੱਖਿਆ ਰੱਖਾਂਗੇ ਸਵੇਰੇ ਵੀ ਰਾਤੀ ਵੀ ਬਟ ਹੁਣ ਤੱਕ ਤਦ ਤੋ ਲੈ ਕੇ ਹੁਣ ਤੱਕ ਕੋਈ ਵੀ ਨਹੀਂ ਹਟਾਇਆ ਕੋਈ ਸਾਡੇ ਇੱਥੇ ਸਾਡੇ ਕੋਈ ਕੁਛ ਦਾ ਬੰਦਾ ਕੋ ਦਿਖਦਾ ਤੱਕ ਨਹੀਂ ਹੈ ਕਿ ਹਾਂ ਵੀ ਕੋਈ ਆ ਰਿਹਾ ਹੈ ਸੋਸਾਇਟੀ ਜਿਵੇਂ ਕੋ ਚੱਕਰ ਲਗਾ ਰਿਹਾ ਕੋ ਖੜੇ ਆ ਪਰ ਇੱਕ ਬੰਦਾ ਸਿੰਗਲ ਪਰਸਨ ਹੀ ਸਾਨੂੰ ਦਿਖਦਾ ਕੋ ਇੱਥੇ ਤਾਂ ਮੈਡਮ ਕੋਈ ਮੰਗ ਕਰਨੇ ਚਾਹੁੰਦੇ ਚਿਤਕਾਰਿਆ ਨੂੰ ਮੰਗ ਸਾਡੀ ਇਹ ਹੀ ਆ ਕਿ ਸਾਡਾ ਗੇਟ ਲੱਗਣਾ ਹੈਗਾ ਤੇ ਅਸੀਂ ਦੀ ਮੰਗ ਕੀਤੀ ਵੀ ਹੋਈ ਆ ਬਟ ਹਾਇ ਤਾਂ ਕੋਈ ਹੱਲ ਨਹੀਂ ਹੈਗਾ ਉਹਦਾ ਕਿ ਹਾਂ ਵੀ ਕੋਈ ਲੱਗ ਜਨ ਬਲਕਿ ਸਾਡੀ ਸੋਸਾਇਟੀ ਵਾਲੇ ਨੇ ਫੰਡਸ ਵੀ ਇਕੱਠੇ ਕਰਕੇ ਰੱਖੇ ਹੋਏ ਆਪਣੇ ਗੇਟ ਲਈ ਅਸੀਂ ਇੱਥੇ ਆਪਣਾ ਇੱਕ ਪਿੱਲਰ ਵੀ ਲਗਾਇਆ ਹੋਇਆ ਪਰ ਸਾਨੂੰ ਰੋਕਿਆ ਗਿਆ ਹੈਗਾ ਕਿ ਨਹੀਂ ਤੁਹਾਡਾ ਗੇਟ ਨਹੀਂ ਲੱਗਣਾ ਹੈਗਾ ਇੱਥੇ ਸਾਡੀ ਮੇਨ ਮੰਗ ਹੀ ਇਹ ਹੈਗੀ ਹੈ ਕਿ ਹਾਂ ਵੀ ਸਾਡਾ ਗੇਟ ਲੱਗ ਜੇ ਸਾਡੀ ਸੋਸਾਇਟੀ ਦੀ ਸੁਰੱਖਿਆ ਹੋ ਜੇ ਬਸ ਸਾਡੇ ਹੋਰ ਕੋਈ ਮੰਗ ਨਹੀਂ ਹੈਗੀ ਤੇ ਹੁਣ ਸਾਡੀ ਹੈਗੀ ਹੈ ਕਿ ਹੁਣ ਪੁਲਿਸ ਵਾਲੇ ਹੁਣ ਤੱਕ ਕੋਈ ਐਕਸ਼ਨ ਨਹੀਂ ਕਿਸੇ ਨੇ ਲਿੱਤਾ ਹੈਗਾ ਤੇ ਅੱਗੇ ਵਾਲੇ ਟਾਈਮ ਤੇ ਆ ਕੇ ਸਾਡੀ ਲੇਡੀ ਸਾਡੇ ਬੱਚੇ ਸਭ ਬੈਠੇ ਹੁੰਦੇ ਆ ਬਾਹਰ ਕੋਈ ਹੋਰ ਕੋਈ ਵੱਡੀ ਵਾਰਦਾਤ ਹੋ ਜੇ ਕੋਈ ਕਿਸੇ ਦੇ ਅੰਦਰ ਵੜ ਕੇ ਕੋਈ ਮਾਰ ਕੁੱਟ ਕਿਸਦਾ ਮਰਡਰ ਕਰਕੇ ਚਲ ਜੇ ਕੌਣ ਜ਼ਿੰਮੇਵਾਰੀ ਲਏਗਾ ਇਹਦਾ ਸਾਨੂੰ ਜਵਾਬ ਦਿੱਤਾ ਜਾਏ ਰਾਮ ਜੀ ਆਪਣਾ ਮੇਰਾ ਨਾਮ ਨਰੇਸ਼ ਭਾਰਤੀ ਹੈ ਹਾਂ ਜੀ ਸਰ ਜਿਹੜਾ ਕਿ ਤੁਸੀਂ ਇਮਪਰੂਵਮੈਂਟ ਟ੍ਰਸਟ ਕਲੋਨੀ ਦੇ ਵਿੱਚ ਕਿੰਨੇ ਟੈਂਪਰਰੀ ਰਹੇ ਜੀ ਮੈਨੂੰ 3 ਸਾਲ ਹੋ ਗਿਆ ਜੀ ਇਮਪਰੂਵਮੈਂਟ ਟ੍ਰਸਟ ਸਰ ਗੇਟ ਨੂੰ ਲੈ ਕੇ ਕੀ ਸਮੱਸਿਆ ਕੀ ਆ ਰਹੀ ਹੈ ਤੁਹਾਨੂੰ ਗੇਟ ਨੂੰ ਮੈਂ ਕਹ ਰਿਹਾ ਕੋਈ ਏਡੀ ਬਿਡੀ ਇਸ਼ੂ ਹੈ ਨਹੀਂ ਜਿਹੜਾ ਇਸ਼ੂ ਜਿਹੜਾ ਇਮਪਰੂਵਮੈਂਟ ਟ੍ਰਸਟ ਵੱਲੋਂ ਬਣਾਇਆ ਜਾ ਰਿਹਾ ਠੀਕ ਹੈ ਮੈਂ ਨਹੀਂ ਕਹਿੰਦਾ ਉਹਨਾਂ ਦੇ ਕੋਈ ਨਾ ਕੋਈ ਨੋਰਮਸ ਹੋ ਸਕਦੇ ਆ ਅਸੀਂ ਸਾਰੇ ਨੋਰਮਸ ਪੂਰੇ ਕਰਨ ਨੂੰ ਤਿਆਰ ਆਂ ਇਵਨ ਸਾਡੇ ਐਮਸੀ ਸਾਹਿਬ ਨੇ ਵੀ ਆਪਣੇ ਪੱਲਿਓ ਪੂਰੀ ਸੋਸਾਇਟੀ ਵਲੋਂ ਕੋਸ਼ਿਸ਼ ਕੀਤੀ ਗਏ ਗੇਟ ਲਵਾਣ ਦੀ ਵੀ ਚਲੋ ਇੰਪਰੂਵਮੈਂਟ ਦਾਸ ਕੋ ਹੋ ਸਕਦਾ ਪੈਸਾ ਨਾ ਹੋਵੇ ਬਟ ਅਸੀਂ ਆਪ ਆਪਣਾ ਪੈਸਾ ਇਕੱਠਾ ਕਰਕੇ ਗੇਟ ਲਾਣ ਦੀ ਕੋਸ਼ਿਸ਼ ਕੀਤੀ ਸਾਨੂੰ ਰੋਕਿਆ ਗਿਆ ਇੱਕ ਤਰਫ ਤੇ ਉਹ ਕਹਿੰਦੇ ਆ ਕਿ ਇੱਥੇ ਗੇਟ ਅਲਾਉਡ ਨਹੀਂ ਹੈ ਪਰ ਆ ਤੁਸੀਂ ਦੇਖੋ ਆ ਦੂਜੇ ਪਾਸੇ ਖੁੱਲਾ ਨਿਉਤਾ ਹੈ ਚੋਰੀ ਚਗਾਰੀਆਂ ਨੂੰ ਔਰ ਜੋ ਹੋ ਰਹੀਆਂ ਆ ਉਹ ਤੁਸੀਂ ਦੇਖ ਰਹੇ ਹੋ ਤੇ ਮੈਨੂੰ ਸਮਝ ਨਹੀਂ ਆਉਂਦਾ ਇਹ ਦੋ ਪੈਮਾਨੇ ਕਿਉਂ ਆ ਦੋ ਪਹਿਲੂ ਕਿਉਂ ਆ ਇੱਕ ਸਿੱਕੇ ਦੇ ਇੱਕ ਤਰਫ ਕਹਿੰਦੇ ਆ ਗੇਟ ਨਹੀਂ ਅਲਾਉਡ ਹੈ ਦੂਜੀ ਤਰਫ ਆ ਦੇਖੋ ਸਰੇ ਆਮ ਗੇਟ ਲੱਗਾ ਹੈ ਜਿੱਦਾ ਕੋਈ ਵਲੀਵਾਰਿਸ ਠੀਕ ਹੈ ਜੀ ਔਰ ਇੱਥੋਂ ਹੀ ਮੈਕਸਿਮ ਜਿੰਨੀ ਵੀ ਚੋਰੀਆਂ ਹੋਈਆਂ ਆ ਬੰਦੇ ਇਧਰੋਂ ਪੈਦਲ ਆਏ ਆ ਜਾਂ ਮੋਟਰਸਾਈਕਲ ਤੇ ਆਏ ਆ ਔਰ ਚੋਰੀਆਂ ਕਰਕੇ ਗਏ ਆ ਆਪਾਂ ਪਤਾ ਨਹੀਂ ਕਿਸ ਚੀਜ਼ ਨੂੰ ਉਡੀਕ ਰਿਹਾ ਕੋਈ ਕਿਸੇ ਕਟਵੱਡ ਨੂੰ ਉਡੀਕ ਰਿਹਾ ਮਾਰਕਟ ਨੂੰ ਉਡੀਕ ਰਿਹਾ ਇਸ ਚੀਜ਼ 'ਚ ਉਹ ਵੇਸਲਾ ਨਹੀਂ ਚੱਲਦਾ ਪਰਿਵਾਰ ਸਾਰੇ ਦੇ ਸਾਝੇ ਹੁੰਦੇ ਆ ਅਮਨ ਸ਼ਾਂਤੀ ਹਰ ਬੰਤਾ ਚਾਹੁੰਦਾ ਹੈ ਲੇਕਿਨ ਉਹਦੇ ਲਈ ਥੋੜਾ ਜਿਹਾ ਜਿਹੜਾ ਵੀ ਪ੍ਰਸ਼ਾਸਨਿਕ ਹੈ ਉਹਨਾਂ ਨੂੰ ਤਾਂ ਆਪਣਾ ਰੋਲ ਨਿਭਾਣਾ ਚਾਹੀਦਾ ਹੈ ਪੁਲਿਸ ਦੇ ਨਾਲ-ਨਾਲ ਉਹਨਾਂ ਨੂੰ ਵੀ ਕੋਆਪਰੇਟ ਕਰਨਾ ਚਾਹੀਦਾ ਹੈ ਖਾਲੀ ਪੁਲਿਸ ਵੀ ਕੁਝ ਨਹੀਂ ਕਰ ਸਕਦੀ ਪੁਲਿਸ ਨਾਲੋਂ ਸੇਫਟੀ ਜਸਦੀ ਪਰ ਚਾਰੋਂ ਪਾਸੇ ਗੇਟ ਕਰ ਦੋਗੇ ਹਰ ਜਗ੍ਹਾ ਪੁਲਿਸ ਨਹੀਂ ਆਏਗੀ ਬਟ ਜੋ ਸਾਡੇ ਹੱਥ ਹੈਗਾ ਉਹਨੂੰ ਤੇ ਥੋੜਾ ਜਿਹਾ ਅਸੀਂ ਕਰੀਏ ਨਾ ਇਹ ਦੋ ਪੇਮਾਨੇ ਤੁਸੀਂ ਦੇਖ ਲਓ ਇੱਕ ਤਰਫ ਗੇਟ ਕਹਿੰਦੇ ਅਲਾਉਡ ਨਹੀਂ ਹੈ ਦੂਜੀ ਤਰਫ ਆ ਗੇਟ ਲਾ ਕੇ ਵੀ ਦਿੱਤਾ ਹੈ ਬੇ ਆਰਾਮ ਨਾਲ ਬੰਦੇ ਚੋਰ ਜਾਣ ਚੋਰੀਆਂ ਕਰਕੇ ਆ ਜਾਣ ਸੋ ਇਸੇ ਮਾਮਲੇ ਸੰਬੰਧੀ ਜਦੋਂ ਹਰਜੀਤ ਕੋਰ ਕਾਉਂਸਲਰ ਅਤੇ ਈਓ ਕਪੂਰਥਲਾ ਦੇ ਇੰਪਰੂਵਮੈਂਟ ਟਰਸਟ ਪਰਮਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕੀ ਕਹਿਣਾ ਹੈ ਆਓ ਸੁਣਦੇ ਹਾਂ ਕੀ ਨਾਮ ਹੈ ਆਪਣਾ ਮੇਰਾ ਨਾਮ ਹਰਜੀਤ ਕੋਰ ਹੈ ਹਾਂ ਜੀ ਮੈਡਮ ਜਿਹੜੀ ਕਿ ਅੱਜ ਪ੍ਰੈਸ ਕਾਨਫਰੰਸ ਕਿ ਹੋਈ ਹੈ ਤਾਂ ਕੀ ਏਜੰਡੇ ਕੀ ਸੀ ਜਿਹਨੂੰ ਲੈ ਕੇ ਇਹ ਪ੍ਰੈਸ ਕਾਨਫਰੰਸ ਰਜੀਵ ਗਾਂਧੀ ਇਨਕਲੇਵ ਕਲੋਨੀ ਨੂੰ ਲੈ ਕੇ ਕੀਤੀ ਗਈ ਹੈ ਜਿੱਥੇ ਆਏ ਦਿਨ ਚੋਰੀ ਦੀਆਂ ਲੁੱਟਖੋਆਂ ਦੀਆਂ ਵਾਰਦਾਤਾਂ ਹੋ ਰਹੀਆਂ ਇਸ ਲਈ ਕਾਨਫਰੰਸ ਕੀਤੀ ਜਾ ਰਹੀ ਹੈ ਕੀ ਮੈਡਮ ਕਿੰਧਰ ਦੀ ਵਾਰਦਾਤਾਂ ਜਿਹੜੇ ਕਿ ਕਲੋਨੀ ਦੇ ਵਿੱਚ ਕਲੋਨੀ ਦੇ ਵਿੱਚ ਥੋੜੇ ਦਿਨ ਮਹੀਨਾ ਡੇਢ ਮਹੀਨਾ ਪਹਿਲਾਂ ਸਫਾਰੀ ਗੱਡੀ ਚੋਰੀ ਹੋ ਗਈ ਹੈ ਕੱਲ ਸਾਡੀ ਕਲੋਨੀ ਚੋਂ ਐਕਟਿਵਾ ਸਕੂਟਰ ਚੋਰੀ ਹੋ ਗਿਆ ਕੱਲ ਸਵੇਰੇ ਕੱਲ ਸ਼ਾਮੀ ਪੌਣੇ 6 ਵਜੇ ਤੋਂ 6 ਵਜੇ ਦੇ ਵਿੱਚ ਵਿੱਚ ਸਕੂਟਰ ਚੋਰੀ ਹੋ ਚੁੱਕਾ ਆ ਸਫਾਰੀ ਗੱਡੀ ਸਾਡੇ ਤੜਕੇ ਸਕੂਲ ਚ ਤੜਕੇ ਇਥੋਂ ਕਿਨਮ ਕਲੋਨੀ ਦੇ ਵਿੱਚੋਂ ਲੈ ਗਏ ਨੇ ਇਸ ਤੋਂ ਇਲਾਵਾ ਸਾਈਕਲ ਅਨਗਿਣਤ ਚੋਰੀ ਹੋ ਚੁੱਕੇ ਨੇ ਜਿਹੜੀਆਂ ਕਲੋਨੀ ਦੇ ਵਿੱਚ ਤਾਰਾਂ ਲੋਕਾਂ ਦੇ ਘਰਾਂ ਦੇ ਵਿੱਚ ਪਈਆਂ ਉਹ ਕੱਢ ਕੇ ਲੈ ਗਏ ਏਸੀ ਦੀਆਂ ਤਾਰਾਂ ਕੱਢ ਕੇ ਲੈ ਗਈਆਂ ਸੀਮਿੰਟ ਚੋਰੀ ਮਤਲਬ ਇੰਨੀ ਕਿ ਚੋਰੀ ਆ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਪੁਲਿਸ ਪ੍ਰਬੰਧ ਇੱਧਰ ਇਸ ਵੱਲ ਇਸ ਸਾਈਡ ਤੇ ਕੋਈ ਕੁਝ ਇਹ ਕੋਈ ਪੀਸੀਆਰ ਵਾਲਾ ਗੇੜਾ ਨਹੀਂ ਮਾਰਦਾ ਅਸੀਂ ਡੀਸੀ ਸਾਹਿਬ ਨੂੰ ਐਜ਼ ਅ ਚੇਅਰਮੈਨ ਐਜ਼ਏ ਡੀਸੀ ਸਾਹਿਬ ਮਿਲ ਚੁਕੇ ਆ ਕਿ ਸਾਡੇ ਕਲੋਨੀ ਦੀ ਸੇਫਟੀ ਦਾ ਕੋਈ ਨਾ ਕੋਈ ਧਿਆਨ ਰੱਖਿਆ ਜਾਵੇ ਪਰ ਉਹ ਉਹਨਾਂ ਨੇ ਇਸ ਵਾਰ ਕੋਈ ਵੀ ਧਿਆਨ ਨਹੀਂ ਦਿੱਤਾ ਉਹਨਾਂ ਨੂੰ ਅਸੀਂ ਆਪਣੀ ਸੇਫਟੀ ਲਈ ਐਪਲੀਕੇਸ਼ਨ ਦੇਣ ਲਈ ਘਟੋ ਘਟ 20 25 ਬੰਦੇ ਕਲੋਨੀ ਦੇ ਜਾ ਕੇ ਰਿਕਵੈਸਟ ਕਰਕੇ ਆਏ ਆ ਅਸੀਂ ਗੇਟ ਲਈ ਬੇਨਤੀ ਕੀਤੀ ਉਹਨਾਂ ਨੇ ਅਜੇ ਤੱਕ ਸਾਡੀ ਕੋਈ ਬੇਨਤੀ ਪ੍ਰਵਾਨ ਨਹੀਂ ਕੀਤੀ ਸਾਡੀ ਕਲੋਨੀ ਦੇ ਵਿੱਚ ਚੋਰੀਆਂ ਵਾਰਦਾਤਾਂ ਡੇਲੀ ਵੱਧਦੀਆਂ ਜਾ ਰਹੀਆਂ ਨੇ ਸਾਨੂੰ ਹੁਣ ਇਸ ਦੇ ਵਿੱਚ ਇਹ ਵੀ ਡਰ ਲੱਗਦਾ ਕਿਸੇ ਨੂੰ ਮਤਲਬ ਕੁੱਟਮਾਰ ਕਰਕੇ ਕਿਸੇ ਦਾ ਕੁਝ ਨੁਕਸਾਨ ਨਾ ਕਰ ਜਾਨਾ ਤਾਂ ਮਨ ਵਿੱਚ ਸੰਬੰਧਿਤ ਪੁਲਿਸ ਪ੍ਰਸ਼ਾਸਨ ਦੀ ਭੂਮਿਕਾ ਤੁਹਾਨੂੰ ਕਿੱਦਾਂ ਨਜ਼ਰ ਆਉਂਦੀ ਬਹੁਤ ਬੁਰੀ ਹੈ ਬਿਲਕੁਲ ਕੋਈ ਉਹਨਾਂ ਵੱਲੋਂ ਕੋਈ ਕਾਰਗੁਜ਼ਾਰੀ ਨਹੀਂ ਕੀਤੀ ਜਾ ਰਹੀ ਜਦ ਅਸੀਂ ਰਿਪੋਰਟ ਲਿਖਾ ਚੁੱਕੇ ਆ ਅਸੀਂ ਹਰ ਕੰਮ ਡੀਸੀ ਸਾਹਿਬ ਨੂੰ ਮਿਲ ਚੁੱਕੇ ਆ ਸਾਡੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਮੈਡਮ ਐਜ਼ ਅ ਕਾਉਂਸਲਰ ਤੁਸੀਂ ਕਹੋ ਕਿ ਕਿੱਦਾਂ ਦੇ ਦੇ ਜਿਹੜਾ ਕਿ ਪ੍ਰਸ਼ਾਸਨ ਵੱਲੋਂ ਵੀ ਤੁਹਾਡੇ ਜ਼ਿਲ੍ਹੇ ਦੇ ਪ੍ਰਸ਼ਾਸਨ ਵੱਲੋਂ ਬਹੁਤ ਲਾਪਰਵਾਹੀ ਕੀਤੀ ਜਾ ਰਹੀ ਹੈ ਜਨਤਾ ਦੀ ਕੋਈ ਸੇਫਟੀ ਨਹੀਂ ਹੈ ਮੈਨੂੰ ਐਜ਼ ਅ ਕਾਉਂਸਲਰ ਮਤਲਬ ਬਹੁਤ ਬੁਰਾ ਲੱਗ ਰਿਹਾ ਕਿ ਮੇਰੀ ਕਲੋਨੀ ਰਜੀਵ ਗਾਂਧੀ ਇਨਕਲੇਵ ਚ ਚੋਰੀਆਂ ਹੋ ਰਹੀਆਂ ਆ ਬਹੁਤ ਬੁਰੀ ਗੱਲ ਹੋ ਰਹੀ ਹੈ ਤੇ ਮੈਡਮ ਕੋਈ ਉਚਿਤ ਕਾਰਨ ਕੋਈ ਆਪਣੀ ਕੀ ਮੰਗ ਕਰਨਾ ਚਾਹੁੰਦੇ ਆ ਮੰਗ ਅਸੀਂ ਆਪਣੀ ਕਲੋਨੀ ਦੀ ਸੇਫਟੀ ਚਾਹੁੰਦੇ ਆ ਸਾਡੀ ਗੇਟ ਕਲੋਨੀ ਦੇ ਵਿੱਚ ਗੇਟ ਲਗਵਾਇਆ ਜਾਵੇ ਅਸੀਂ ਇਹਦੇ ਲਈ ਰਿਕਵੈਸਟ ਵੀ ਕਰ ਚੁੱਕੇ ਆ ਤੇ ਸਾਨੂੰ ਪੂਰੀ ਸੇਫਟੀ ਦਿੱਤੀ ਜਾਵੇ ਜਿਹੜੀ ਪੀਸੀਆਰ ਆ ਦੋ ਤਿੰਨ ਟਾਈਮ ਸਾਡੀ ਕਲੋਨੀ 'ਚ ਚੱਕਰ ਲਗਾਵੇ ਮੈਡਮ ਇਸ ਸੰਬੰਧੇ ਕੋਈ ਮੰਗ ਪੱਤਰ ਪਹਿਲਾਂ ਕੋਈ ਪ੍ਰਸ਼ਾਸਨ ਨੂੰ ਹਾਂਜੀ ਅਸੀਂ ਡੀਸੀ ਸਾਹਿਬ ਨੂੰ ਦੇ ਚੁੱਕੇ ਹਾਂ ਤਾਂ ਮੈਡਮ ਹੁਣ ਕੀ ਆਨਰਡ ਟਾਈਮ ਤੇ ਜੇ ਤੁਹਾਡੇ ਕੋਈ ਮੰਗ ਵੱਲ ਮੰਗਾ ਵੱਲ ਧਿਆਨ ਨਾ ਕੀਤਾ ਗਿਆ ਤਾਂ ਕੀ ਸਟੈਪ ਲਵਾਂਗਾ ਅਸੀਂ ਉਹਦੇ ਲਈ ਫਿਰ ਜੋ ਸਾਡੇ ਵੱਲੋਂ ਕੀਤਾ ਗਿਆ ਸੀ ਜਰੂਰ ਕਰਾਂਗੇ ਅਸੀਂ ਸਾਰੇ ਕਲੋਨੀ ਵਾਲੇ ਇਕੱਠੇ ਹੋ ਕੇ ਫਿਰ ਅਸੀਂ ਧਰਨੇ ਤੇ ਬੈਠਾਂਗੇ ਜਿਹੜੀ ਕਿ ਕੋਤਮ ਰੋਕ ਕੰਪਲੀਟ ਵੀ ਦਿੱਤੀ ਗਈ ਹੈ 메인 게이트 ਨੂੰ ਲੈ ਕੇ ਜਿਹੜੇ ਉਹਨਾਂ ਨੂੰ ਮੁਸ਼ਕਲਾ ਆ ਰਹੀ ਹੈ ਵਾ ਤਾਂ ਇਹ ਜਿਹਨੂੰ ਵਰਦਾ ਤੱਕ ਕੋਲੋਨੀ ਚ ਵੱਧ ਰਹੀ ਹੈ ਤਾਂ ਉਹ ਲਈ ਲੈ ਕੇ ਕਿ ਡਿਪਾਰਟਮੈਂਟ ਵੱਲੋਂ ਕੋਈ ਕਾਰਵਾਈ ਕੀਤੀ ਜਾਊਗੀ ਹਾਂਜੀ ਸਾਡੇ ਪਹਿਲਾਂ ਵੀ ਧਿਆਨ ਵਿੱਚ ਲਿਆਂਦਾ ਸੀ ਲੋਕਲ ਐਮਸੀ ਮੈਡਮ ਵੱਲੋਂ ਅਸੀਂ ਸੰਡੇ ਕੋਲੋਂ ਗੇਟ ਦੀ ਮੰਗ ਕੀਤੀ ਗਈ ਸੀ ਪਰੰਤੂ ਅਸੀਂ ਦੱਸਦੇ ਹਾਂ ਕਿ ਇੱਥੇ ਪ੍ਰਵਿਝਨ ਹੈ ਨਹੀਂ ਗੇਟ ਲਾਉਣ ਦੇ ਰੂਲ ਅਨੁਸਾਰ ਕੋਈ ਵੀ ਵਿਵਸਥਾ ਨਹੀਂ ਆ ਪਰਾਂਤੂ ਫਿਰ ਵੀ ਅਸੀਂ ਉਹਨਾਂ ਦੇ ਮੰਗ ਅਨੁਸਾਰ ਉਹਨਾਂ ਦੇ ਸਿਕਿਉਰਿਟੀ ਨੂੰ ਮੁੱਖ ਰੱਖਦੇ ਹੋਏ ਉਹਨਾਂ ਦੀ ਮੰਗ ਤੇ ਅਸੀਂ ਵਿਚਾਰ ਕਰਕੇ ਆਪਣਾ ਡਿਸੀਜਨ ਜਲਦੀ ਉਹਨਾਂ ਤੱਕ ਕਨਵੇ ਕਰ ਦੇਵਾਂਗੇ ਏਵਨ ਮੀਡੀਆ ਲਈ ਕਪੂਰਥਲਾ ਤੋਂ ਬਲਜਿੰਦਰ ਸਿੰਘ ਦੀ ਖਾਸ ਰਿਪੋਰਟ